ਅ ਕਿਸ ਤਰੀਕੇ ਨਾਲ ਦੇਖਦੇ ਹੋ ਇਹ ਮਾਮਲਾ ਹੁਣ ਇੱਕ ਪਾਸੇ ਦੇਖਿਆ ਤਾਂ ਜਿਹੜਾ ਨਵਾਂ ਅਲਾਈਅੰਸ ਬਣਿਆ ਉਸ ਦੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਕੋਈ ਇੱਕ ਗੱਲ ਹੈ ਕਿ ਕਾਂਗਰਸ ਨੂੰ ਆਪਣਾ ਮਨ ਬਣਾਉਣਾ ਪੈਣਾ ਹੈ ਔਰ ਚੂਜ਼ ਕਰਨਾ ਪੈਣਾ ਹੈ ਕਿ ਅਸੀਂ ਕਿਹਦੀ ਸੋਚ ਤੇ ਪੈਰਾ ਦੇਣਾ ਹੈ ਕਿ ਉਹ ਆਪਣੇ ਦਾਗੀ ਨੇਤਾਵਾਂ ਨੂੰ ਸਾਥ ਦੇਣਾ ਚਾਹੁੰਦੀ ਹੈ ਇਹ ਕਾਂਗਰਸ ਦੀ ਹਾਈ ਕਮਾਂਡ ਨੇ ਦੇਖਣਾ ਹੈ ਜਿਹੜਾ ਗੁਰਦੇਵ ਸਿੰਘ ਮੁੱਖ ਅਕਿਊਜ਼ਡ ਹੈ ਇਸ ਕੇਸ ਦੇ ਵਿੱਚ ਉਦੇ 78 ਫੋਨ ਕਾਲ ਹੈ ਮਿਸਟਰ ਖੈਰਾ ਨਾਲ ਕਿਉਂ ਕਰਕੇ ਸੁਖਪਾਲ ਖੈਰਾ ਕਹਿ ਰਹੇ ਨੇ ਕਿ ਮੇਰੇ ਦੇ ਸਾਰੀ ਕਾਰਵਾਈ ਰਾਣਾ ਗੁਰਜੀਤ ਨੇ ਕਰਾਈ ਜਿਹੜੀ ਗੱਲ ਕੋਰਟ ਦੀ ਕੀਤੀ ਜਾ ਰਹੀ ਹੈ ਹੁਣ ਜਿਹੜਾ ਉਹਨਾਂ ਦੇ ਬੇਟੇ ਹੈ ਮਹਿਤਾਬ ਖੈਰਾ ਉਹਨਾਂ ਦਾ ਇਹ ਕਹਿਣਾ ਹੈ ਕਿ ਗੁਰਦੇਵ ਦੇ ਨਾਲ ਜੁੜੇ ਹੈ ਸਬੰਧ ਦੱਸੇ ਜਾ ਰਹੇ ਨੇ ਪਰ ਉਹਨਾਂ ਨੇ ਇਹ ਕਿਹਾ ਕਿ ਇਹ ਵੀ ਇਲਜ਼ਾਮ ਲੱਗੇ ਨੇ ਕਿ ਜਿਹੜੇ ਪੈਸੇ ਉਹਨਾਂ ਨੇ ਦਿੱਤੇ ਬਲਕਿ ਉਹ ਤਾਂ ਜੇਲ੍ਹ 'ਚ ਹੈ 2014 ਤੋਂ ਲੈ ਕੇ 2020 ਦੇ ਅੰਦਰ 6.5 ਕਰੋੜ ਦੀ ਇਨਕਮ ਖੈਰਾ ਸਾਹਿਬ ਦੀ ਨੂੰ ਸੋਰਸੇਸ ਤੋਂ ਜ਼ਾਦਾ ਹੈ। ਤੋਂ ਭਾਜਪਾ ਸਰਕਾਰ ਦੇ ਕੇਂਦਰ ਦੀ ਏਜੰਸੀ ਆਈਡੀ ਉਹ ਤਾਂ ਸਾਡੇ ਨੀਚੇ ਨਹੀਂ ਹੈ। ਸਾਲ 2015 ਦੇ ਐਨਡੀਪੀਐਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਪੰਜਾਬ ਕਾਂਗਰਸ ਦੇ ਐਮਐਲਏ ਸੁਖਪਾਲ ਸਿੰਘ ਖੈਰਾ ਦੀ। ਜਿਸ ਤੋਂ ਬਾਅਦ ਕਲਪੂਰਾ ਦਿਨ ਜਿਹੜਾ ਕਾਂਗਰਸ ਦੀ ਮੀਟਿੰਗ ਹੋਈ ਸ਼ਾਮ ਨੂੰ ਰਾਜਪਾਲ ਨੂੰ ਮਿਲੇ ਜਿੱਥੇ ਕਿਹਾ ਕਿ ਉਹ ਇੰਟਰਵਿਨ ਕਰੇ ਇਸ ਮੈਟਰ ਦੇ ਵਿੱਚ ਕਿਉਂਕਿ ਇਹ ਜਿਹੜਾ ਪੋਲਿਟੀਕਲ ਵੈਂਡੇਟਾ ਹੈ ਮਾਮਲਾ ਪੁਰਾਣਾ ਹੈਗਾ ਕੋਰਟ ਵੱਲੋਂ ਰਿਲੀਫ ਮਿਲੀ ਹੈ ਲੇਕਿਨ ਫਿਰ ਵੀ ਜਿਹੜਾ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਚੰਡੀਗੜ੍ਹ ਪੁਲਿਸ ਨੂੰ ਇਨਫੋਰਮ ਕੀਤੇ ਬਿਨਾ ਇਹ ਸਾਰੇ ਮੁੱਦੇ ਕੱਲ ਉਹਨਾਂ ਨੇ ਰਾਜਪਾਲ ਦੇ ਸਾਹਮਣੇ ਰੱਖੇ ਜਿੱਥੇ ਰਾਜਪਾਲ ਨੇ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਉਹ ਕਾਰਵਾਈ ਕਰਨਗੇ ਤੇ ਹੁਣ ਆਵਾਦੀ ਪਾਰਟੀ ਦਾ ਕੀ ਸਟੈਂਡਸ ਨੂੰ ਲੈ ਕੇ ਸਾਡੇ ਨਾਲ ਜਿਹੜੇ ਉਹਨਾਂ ਦੇ ਸੀਨੀਅਰ ਸਪੋਕਸਪਰਸਨ ਨੇ ਹਰਿੰਦਰ ਸਿੰਘ ਬੱਬੀ ਬਾਦਲ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਇਹ ਮਾਮਲਾ ਹੁਣ ਇੱਕ ਪਾਸੇ ਦੇਖਿਆ ਤਾਂ ਜਿਹੜਾ ਨਵਾਂ ਅਲਾਈਅੰਸ ਬਣਿਆ ਹੈ ਉਸ ਦੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਤੁਸੀਂ ਕੀ ਸਮਝਦੇ ਹੋ ਕੱਲ ਜਿਹੜੀ ਮੀਟਿੰਗ ਕੀਤੀ ਗਈ ਹੈ ਇੱਕ ਗਵਰਨਰ ਨੂਰਾਜਪਾਲ ਨੂੰ ਮਿਲ ਕੇ ਆਏ ਨੇ ਕਾਂਗਰਸੀ ਆਗੂ ਇਸ ਦੇ ਨਾਲ ਕੀ ਕੁਝ ਇੰਪੈਕਟ ਜਿਹੜਾ ਹੈ ਉਹ ਜਨਤਾ ਦੇ ਵਿੱਚ ਜਾ ਰਿਹਾ ਹੈ ਤੇ ਅਲਾਈਅੰਸ ਤੇ ਕਿੰਨਾ ਕੀ ਫਰਕ ਪਿਆ ਧੰਨਵਾਦ ਮੈਮ ਦੇਖੋ ਇੱਕ ਗੱਲ ਹੈ ਕਿ ਕਾਂਗਰਸ ਨੂੰ ਆਪਣਾ ਮਨ ਬਣਾਉਣਾ ਪੈਣਾ ਹੈ ਔਰ ਚੂਜ਼ ਕਰਨਾ ਪੈਣਾ ਹੈ ਕਿ ਅਸੀਂ ਕਿਹਦੀ ਸੋਚ ਤੇ ਪੈਰਾ ਦੇਣਾ ਹੈ ਕਾਂਗਰਸ ਨਸ਼ਾ ਮੁਕਤ ਪੰਜਾਬ ਚਾਹੁੰਦੀ ਹੈ ਲੋਕਤੰਤਰ ਨੂੰ ਦੇਸ਼ ਵਿੱਚ ਬਚਾਉਣਾ ਚਾਹੁੰਦੀ ਹੈ ਕਿ ਉਹ ਆਪਣੇ ਦਾਗੀ ਨੇਤਾਵਾਂ ਨੂੰ ਸਾਥ ਦੇਣਾ ਚਾਹੁੰਦੀ ਹੈ ਇਹ ਕਾਂਗਰਸ ਦੀ ਹਾਈ ਕਮਾਂਡ ਨੇ ਦੇਖਣਾ ਹੈ ਮੈਂ ਤਾਂ ਇੰਨੀ ਬੇਨਤੀ ਕਰੂੰਗਾ ਕਿ ਕਾਂਗਰਸ ਨੂੰ ਰਾਣਾ ਗੁਰਜੀਤ ਔਰ ਸੁਖਪਾਲ ਖੈਰਾ ਚੋਂ ਇੱਕ ਚੁਣਨ ਦੀ ਲੋੜ ਹੈ ਕਿਉਂ ਕਰਕੇ ਸੁਖਪਾਲ ਖੈਰਾ ਕਹਿ ਰਹੇ ਨੇ ਕਿ ਮੇਰੇ ਤੇ ਸਾਰੀ ਕਾਰਵਾਈ ਰਾਣਾ ਗੁਰਜੀਤ ਨੇ ਕਰਾਈ ਜਦ ਕਿ ਕੇਸ ਬੜਾ ਸੀਰੀਅਸ ਹੈ ਕੇਸ 2015 ਉਦੋਂ ਬਾਦਲ ਦਲ ਔਰ ਭਾਜਪਾ ਦੀ ਸਰਕਾਰ ਸੀ ਔਰ ਉਸ ਟਾਈਮ ਜੁਡੀਸ਼ਰੀ ਦੀ ਜਿਹੜੀ ਨਿਗਰਾਨੀ ਦੇ ਥੱਲੇ ਉਹਨਾਂ ਨੂੰ ਸੱਮਨ ਕੀਤੇ ਗਿਆ ਜਿਹੜਾ ਗੁਰਦੇਵ ਸਿੰਘ ਮੁੱਖ ਅਕਿਊਜ਼ਡ ਹੈ ਇਸ ਕੇਸ ਦੇ ਵਿੱਚ ਉਹਦੇ 78 ਫੋਨ ਕਾਲ ਹੈ ਮਿਸਟਰ ਖੈਰਾ ਨਾਲ ਸੋ ਮੈਂ ਸਮਝਦਾ ਕਿ ਜਦੋਂ ਤੁਸੀਂ ਕਿਸੇ ਨੂੰ ਸ਼ੀਲਡ ਕਰਦੇ ਹੋ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਵੀ ਇਹ ਸੋਚਣਾ ਪਊਗਾ ਕਿ ਅਸੀਂ ਪੰਜਾਬ ਦੇ ਨਾਲ ਖੜੇ ਆ ਕਿ ਅਸੀਂ ਦਾਗੀ ਲੀਡਰਾਂ ਨਾਲ ਸਾਥ ਦੇਣਾ ਹੈ ਕਿ ਉਹ ਕਰਕੇ ਦੇਖੋ ਗੱਲ ਸਿਰਫ ਇੰਨੀ ਹੈ ਕਿ ਪੁਖਤਾ ਸਬੂਤ ਇੱਕ ਤਾਂ ਹੁੰਦਾ ਕਿ ਕੋਈ ਫੋਟੋ ਖਿਚਾ ਜੇ ਬੰਦਾ ਰੂਟੀਨ ਦੇ ਵਿੱਚ ਫੋਟੋ ਖਿਚਾ ਗਿਆ ਤੇ ਕੋਈ ਸਬੂਤ ਨਹੀਂ ਹੈਗਾ ਲੇਕਿਨ ਐਸਆਈਟੀ ਇੱਕ ਡੀਆਈਜੀ ਵੱਲੋਂ સુપ્રીમ કોર્ટ ਨੇ ਕਿਹਾ કે ફર્ધર ਸਾਨੂੰ ઇન્વેસ્ટિਗੇટ કરો ਔਰ ਜਦੋਂ ਫਰધર ઇન્વેસ્ટિਗੇਸ਼ਨ ਹੋਈ এসઆઈટી બની ਔਰ এসઆઈટી બની ਵੀ ਫਾઝલカਦੇ જજ ਸਾਹਿਬ ਦੇ ਆਰਡਰਾਂ ਤੇ ਹੈ ਔਰ ਜਦੋਂ এসઆઈટી બની ਔਰ ਉਹਨਾਂ ਦੇ ਡੀਆਈਜੀ ਸਾਹਿਬ ਮਿਸਟਰ સ્વપ્ਨ ਸ਼ਰਮਾ ਨੇ ਇਹ ਸਾਰਾ ਉਦੀ ਤહેਕੀਕਾਤ ਕੀਤੀ ਹੈ ਔਰ ਉੱਥੋਂ ਪਤਾ ਇਹ ਲੱਗਿਆ ਕਿ ਖੈਰਾ ਸਾਹਿਬ ਦੇ ਖਿਲਾਫ ਬਹੁਤ ਸੀਰੀਅਸ ਕੇਸ ਹੈ ਉਹਨੂੰ ਇਗਨੋਰ ਨਹੀਂ ਕਰ ਸਕਦੇ ਜਿਹੜੇ ਉਹਨਾਂ ਦੇ ਕੋ-ਅਕਿਊਜ਼ਡ ਹੈ ਉਹ ਤਕਰੀਬਨ 3 ਸਾਲ ਤੋਂ ਲੈ ਕੇ 20 ਸਾਲ ਦੀਆਂ ਸਜ਼ਾਵਾਂ ਹੋ ਚੁੱਕੀਆਂ ਉਹਨਾਂ ਨੂੰ ਉੱਥੇ 9 ਬੰਦੇ ਟੋਟਲ ਨੇ ਜਿਹੜੇ ਇਸ ਕੇਸ ਦੇ ਵਿੱਚ ਨੇ ਔਰ 20 ਸਾਲ ਤੱਕ ਦੀਆਂ ਸਜ਼ਾਵਾਂ ਉਹਨਾਂ ਨੂੰ ਹੋ ਚੁੱਕੀਆਂ ਐ ਐਨੇ ਸੀਰੀਅਸ ਕੇਸ ਦੇ ਵਿੱਚ ਮੈਂ ਸਮਝਦਾ ਹਾਂ ਕਾਂਗਰਸ ਨੂੰ ਦੁਬਾਰਾ ਸੋਚਣੀ ਪਊਗੀ ਆਪਣੀ ਰਣਨੀਤੀ ਕਿਉਂ ਕਰਕੇ ਆਮ ਆਦਮੀ ਪਾਰਟੀ ਨੇ ਕੰਪਰੋਮਾਈਜ਼ ਨਹੀਂ ਕਰਨਾ ਇਸ ਮੁੱਦੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਪੰਜਾਬ ਦੇ ਖਾਤਰ ਇੱਕ ਤਗੜਾ ਸਟੈਂਡ ਜਿਹੜਾ ਲੈਣਾ ਹੈ ਨਸ਼ੇ ਦੇ ਖਿਲਾਫ ਉਹ ਭਗਵੰਤ ਮਾਨ ਜੀ ਚਾਹੇ ਕੋਈ ਵੀ ਮਜਬੂਰੀ ਹੋਵੇ ਅਸੀਂ ਭ੍ਰਿਸ਼ਟਾਚਾਰ ਔਰ ਨਸ਼ੇ ਦੇ ਮੁੱਦੇ ਤੇ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ। ਅੱਪੀ ਬادل ਜੀ ਜਿਹੜੀ ਗੱਲ ਕੋਰਟ ਦੀ ਕੀਤੀ ਜਾ ਰਹੀ ਹੈ ਹੁਣ ਜਿਹੜਾ ਉਹਨਾਂ ਦੇ ਬੇਟੇ ਹੈ ਮਹਿਤਾਬ ਖਹਿਰਾ ਉਹਨਾਂ ਦਾ ਇਹ ਕਹਿਣਾ ਹੈ ਕਿ ਗੁਰਦੇਵ ਦੇ ਨਾਲ ਜੁੜੇ ਹੈ ਸੰਬੰਧ ਦੱਸੇ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਠੀਕ ਹੈ ਸੰਬੰਧ ਸੀਗੇ ਇੱਕ ਜੁੜੇ ਪੋਲਿਟਿਕਲ ਲੋਕਾਂ ਦੇ ਜਿਹੜੇ ਹੁੰਦੇ ਆ ਕਿਉਂਕਿ ਉਹ ਚੇਅਰਮੈਨ ਵੀ ਰਹੇ ਨੇ ਗੁਰਦੇਵ ਜੀ ਜਿਹੜਾ ਉਹਨਾਂ ਨੇ ਮੈਨੂੰ ਦੱਸਿਆ ਪਰ ਉਹਨਾਂ ਨੇ ਇਹ ਕਿਹਾ ਕਿ ਇਹ ਵੀ ਇਲਜ਼ਾਮ ਲੱਗੇ ਨੇ ਕਿ ਜਿਹੜੇ ਪੈਸੇ ਉਹਨਾਂ ਨੇ ਦਿੱਤੇ ਬਲਕਿ ਉਹ ਤਾਂ ਜੇਲ੍ਹ 'ਚ ਹੈ ਕਾਫੀ ਸਮੇਂ ਤੋਂ ਤਾਂ ਪੈਸੇ ਦੀ ਟ੍ਰਾਂਜੈਕਸ਼ਨ ਕਿਵੇਂ ਕਰ ਸਕਦਾ ਹੈ ਜਿਹੜਾ ਬੰਦਾ ਜੇਲ੍ਹ 'ਚ ਹੈ ਦੇਖੋ ਪੈਸੇ ਦੀ ਟ੍ਰਾਂਜੈਕਸ਼ਨ ਦੇ ਵਿੱਚ ਉਹਨਾਂ ਦੀ ਸਿਸਟਰ ਕੋਈ ਇੰਗਲੈਂਡ ਰਹਿੰਦੇ ਨੇ ਉਹ ਉਹਨਾਂ ਦਾ ਨਾਮ ਆਇਆ ਹੈ ਵਿੱਚ ਸੋ ਮੈਂ ਇਹ ਕਹਿੰਦਾ ਕਿ ਈਡੀ ਨੇ ਇਹ ਕਿਹਾ ਕਿ 6.5 ਕਰੋੜ ਦੀ ਇਨਕਮ 2014 ਤੋਂ ਲੈ ਕੇ 2020 ਦੇ ਅੰਦਰ 6.5 ਕਰੋੜ ਦੀ ਇਨਕਮ ਖੈਰਾ ਸਾਹਿਬ ਦੀ ਨਨ ਸੋਰਸਸ ਤੋਂ ਜ਼ਿਆਦਾ ਹੈ ਔਰ ED ਨੇ ਮਨੀ ਲਾਂਡਰਿੰਗ ਦਾ ਕੇਸ ਰਜਿਸਟਰ ਕੀਤਾ ਸੀ ਸੋ ਭਾਜਪਾ ਸਰਕਾਰ ਦੇ ਕੇਂਦਰ ਦੀ ਏਜੰਸੀ ਹੈ ED ਉਹ ਤਾਂ ਸਾਡੇ نیچے ਨਹੀਂ ਹੈ ਔਰ ਉਹਨਾਂ ਨੇ ਕਿਹਾ ਕਿ 6.5 ਕਰੋੜ ਰੁਪਇਆ ਜ਼ਿਆਦਾ ਖੈਰਾ ਸਾਹਿਬ ਦੀ ਸੋਰਸਸ ਆਫ ਇਨਕਮ ਤੋਂ ਜ਼ਿਆਦਾ ਆਇਆ ਹੋਇਆ ਹੈ ਔਰ ED ਨੇ ਮਨੀ ਲੌਂਡਰਿੰਗ ਦਾ ਕੇਸ ਰਜਿਸਟਰ ਕੀਤਾ ਕਹਿੰਦੇ ਪ੍ਰੋਪਰਟੀਆਂ ਵਿੱਚ ਪੈਸਾ ਲਾਇਆ ਗਿਆ ਸੋ ਖੈਰਾ ਸਾਹਿਬ ਨੂੰ ਇਸ ਮੁੱਦੇ ਤੇ ਹੀ ਸ਼ੁਡ ਕਮ ਆਊਟ ਕਲੀਨ ਉਹਨਾਂ ਨੂੰ ਇੱਕ ਜਿਵੇਂ ਉਹ ਬਾਕੀ ਗੱਲਾਂ ਤੇ ਇੰਨਾ ਜ਼ਿਆਦਾ ਵੋਕਲ ਹੈ ਉਹਨਾਂ ਨੂੰ ਇਸ ਮੁੱਦੇ ਤੇ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਚਾਹੀਦਾ ਹੈ ਕਿ ਪੈਸਾ ਆਇਆ ਕਿਉਂ ਆਇਆ ਗੁਰਦੇਵ ਸਿੰਘ ਨਾਲ 78 ਜਿਹੜੇ ਫੋਨ ਕਾਲ ਹੋਏ ਕਿਉਂ ਹੋਏ ਔਰ ਤੀਸਰੀ ਗੱਲ ਇਹ ਹੈ ਕਿ ED ਨੇ ਜਿਹੜੇ ਪੁਖਤਾ ਸਬੂਤ ਪੇਸ਼ ਕੀਤੇ ਹੈ ਔਰ ਉਸ ਤੋਂ ਬਾਅਦ ਪੰਜਾਬ ਵਿਜੀਲੈਂਸ ਦੇ ਸੀਨੀਅਰ ਜਿਹੜੇ ਸਾਡੇ ਅਧਿਕਾਰੀ ਹੈ ਪੰਜਾਬ ਪੁਲਿਸ ਦੇ ਡੀਆਈਜੀ ਦੀ ਸਿੱਟ ਹੈ ਸੁਪਨ ਸ਼ਰਮਾ ਦੀ ਇੰਨੇ ਸਾਰੇ ਲੋਕ ਨਹੀਂ ਨਾ ਝੂਠ ਬੋਲ ਸਕਦੇ ਤੁਸੀਂ ਇਹ ਇਸ ਮੁੱਦੇ ਨੂੰ ਲਾਈਟਲੀ ਨਹੀਂ ਆਪਾਂ ਲੈ ਸਕਦੇ ਬੜਾ ਸੀਰੀਅਸ ਇਸ਼ੂ ਹੈ ਬਦਲ ਜੀ ਇਹ ਘਰਾਉਪ ਉਹਨਾਂ ਨੇ ਉਹਨਾਂ ਦੇ ਬੇਟੇ ਨੇ ਇਹ ਵੀ ਲਾਇਆ ਨੇ ਕਿ ਕੋਈ ਵਾਰੈਂਟ ਨਹੀਂ ਦਿਖਾਇਆ ਗਿਆ ਅਰੈਸਟ ਵਾਰੈਂਟ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਨੂੰ ਇਨਫੋਰਮ ਨਹੀਂ ਕੀਤਾ ਗਿਆ ਸੀਗਾ ਕਿਉਂਕਿ ਜਦ ਵੀ ਕੋਈ ਪੁਲਿਸ ਕਿਸੇ ਦੂਜੇ ਸੂਬੇ ਤੋਂ ਆਉਂਦੀ ਹੈ ਇਹ ਯੂਟੀ ਹੈਗਾ ਇੱਥੇ ਚੰਡੀਗੜ੍ਹ ਪ੍ਰਸ਼ਾਸਨ ਦਾ ਜਿਹੜਾ ਹੈ ਪ੍ਰਸ਼ਾਸਨ ਦਾ ਜਿਹੜਾ ਇੱਥੇ ਰੂਲ ਹੈਗਾ ਤੇ ਉਹ ਜਿਹੜੀ ਹੈ ਕ੍ਰਾਈਟੇਰੀਆ ਨਹੀਂ ਫਾਲੋ ਕੀਤਾ ਦੇਖੋ ਐਸੀ ਗੱਲ ਨਹੀਂ ਹੈਗੀ ਇਹਨਾਂ ਦੀ ਮਿਲੀ ਭੁਗਤ ਹੋ ਜਾਂਦੀ ਹੈ ਤੁਹਾਨੂੰ ਪਤਾ ਹੈ ਕੀ ਇੱਥੇ ਲੀਕ ਕਰ ਦਿੰਦੇ ਆ ਇਨਫੋਰਮੇਸ਼ਨ ਜਦੋਂ ਤੁਸੀਂ ਇਨਫੋਰਮੇਸ਼ਨ ਦਿੰਨੇ ਹੋ ਅਰੈਸਟ ਤੋਂ ਪ੍ਰਾਇਰ ਸੋ ਕਈ ਵਾਰ ਇਹ ਮਿਲੀ ਭੁਗਤ ਹੋ ਜਾਂਦੀ ਹੈ ਐਸੀ ਗੱਲ ਨਹੀਂ ਉਹਨਾਂ ਨੂੰ ਇਨਟੀਮੇਟ ਕਰ ਦਿੱਤਾ ਸੀ ਕਿ ਅਸੀਂ ਅਰੈਸਟ ਕਰਨ ਲੱਗੇ ਆ ਔਰ ਪ੍ਰੋਪਰ ਉਹਨਾਂ ਨੂੰ ਇਨਟੀਮੇਟ ਕਰਕੇ ਹੀ ਅਰੈਸਟ ਹੋਈ ਹੈ ਵੀ ਹੈਵ ਫਾਲੋਡ ਆਲ ਪ੍ਰੋਸੀਜਰਸ ਸੋ ਜੇ ਉਹ ਕਹਿ ਰਹੇ ਨੇ ਕਿ ਅਰੈਸਟ ਕਰਨ ਦੇ ਤਰੀਕੇ ਵਿੱਚ ਕੋਈ ਗਲਤੀ ਹੈ ਜਾਂ ਕੋਈ ਖਾਮੀ ਹੈ ਤਾਂ ਉਹਦੇ ਵਿੱਚ ਕੋਈ ਵੀ ਐਸੀ ਗੱਲ ਨਹੀਂ ਗਈ ਖੈਰਾ ਸਾਹਿਬ ਨੇ ਬਕਾਇਦਾ ਆਪ ਵੀਡੀਓ ਬਣਾ ਕੇ ਸਾਰੇ ਅਫਸਰਾਂ ਨੂੰ ਉਹਨਾਂ ਦੇ ਨਾਮ ਪੁੱਛੇ ਸਾਰੇ ਅਫਸਰਾਂ ਨੂੰ ਉਹਨਾਂ ਦੇ ਰੈਂਕ ਪੁੱਛੇ ਔਰ ਕਿਤੇ ਨਾ ਕਿਤੇ ਪੰਜਾਬ ਪੁਲਿਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਇਹ ਵੀ ਕਿਹਾ ਤੁਸੀਂ ਵਰਦੀ ਨਹੀਂ ਪਾਈ ਤੁਸੀਂ ਉਹ ਨਹੀਂ ਕੀਤਾ ਸੋ ਮੇਰਾ ਮਤਲਬ ਹੈ ਕਿ ਐਨਡੀਪੀਐਸ ਦਾ ਅਕਿਊਸਟ ਬੰਦਾ ਜਿਹੜਾ ਹੁੰਦਾ ਹੈ ਉਹਨੂੰ ਇੰਨੀ ਲਿਬਰਟੀ ਨਹੀਂ ਹੁੰਦੀ ਕਿ ਉਹ ਸਕੂਲ ਟੀਚਰ ਵਾਂਗੂ ਕਲਾਸ ਲਾਵੇ ਪੁਲਿਸ ਵਾਲਿਆਂ ਦੀ ਪਰ ਅਸੀਂ ਤਾਂ ਉਹ ਵੀ ਮੰਨ ਗਏ ਅਸੀਂ ਤਾਂ ਕਿਹਾ ਵੀ ਜਿਵੇਂ ਉਹ ਕਹਿੰਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਅਸੀਂ ਬੜਾ ਗੁੱਡ ਬਿਹੇਵੀਅਰ ਔਰ ਬਕਾਇਦਾ ਪ੍ਰੋਪਰ ਰਿਸਪੈਕਟ ਨਾਲ ਪੁਲਿਸ ਨੇ ਬਿਹੇਵ ਕੀਤਾ ਜ਼ਿੰਮੇਵਾਰੀ ਨਾ ਕੀਤਾ ਸੋ ਇਹ ਬਿਲਕੁਲ ਖਾਰਜ ਕਰਦਾ ਮੈਂ ਇਹਨਾਂ ਗੱਲਾਂ ਨੂੰ ਕਿ ਪ੍ਰੋਪਰ ਉਹਨਾਂ ਨੇ ਅਰੈਸਟ ਨਹੀਂ ਕੀਤਾ ਉਹਨਾਂ ਨੇ ਸਾਰੇ ਪ੍ਰੋਸੀਜਰ ਫਾਲੋ ਕੀਤੇ 2 ਦਿਨ ਦਾ ਰਿਮਾਂਡ ਮਿਲਿਆ ਸੁਖਪਾਲ ਸਿੰਘ ਖੈਰਾ ਨੂੰ ਕੱਲ ਰਾਜਪਾਲ ਨੂੰ ਮਿਲੇ ਪੂਰੇ ਕਾਂਗਰਸ ਜੀ ਜਿਹੜੀ ਲੀਡਰਸ਼ਿਪ ਸੀਗੀ ਉਸ ਮੁੱਚੀ ਲੀਡਰਸ਼ਿਪ ਅੱਜ ਜਲਾਲਾਬਾਦ ਵੀ ਪਹੁੰਚੀ ਗੇਟ ਨਹੀਂ ਖੋਲੇ ਗਏ ਕਿਹਾ ਸਾਨੂੰ ਮਿਲਣ ਨਹੀਂ ਦਿੱਤਾ ਅੰਦਰ ਥਾਣੇ ਨਹੀਂ ਜਾਂਦਾ ਦੇਖੋ ਇਹਨੂੰ ਤਮਾਸ਼ਾ ਬਣਾਉਣਾ ਕੋਈ ਸਿਆਣੀ ਗੱਲ ਨਹੀਂ ਇਹ ਸਾਰੀ ਗੱਲ ਸਬੂਤਾਂ ਦੇ ਆਧਾਰ ਤੇ ਹੁੰਦੀ ਹੈ ਔਰ ਸਬੂਤਾਂ ਦੇ ਆਧਾਰ ਤੇ ਇਨਵੈਸਟੀਗੇਸ਼ਨ ਚੱਲਦੀ ਹੈ ਇਹਨੂੰ ਇੱਕ ਸ਼ੋਅ ਦੇ ਤਰ੍ਹਾਂ ਨਾਲ ਬਣਾਉਣਾ ਔਰ ਉੱਥੇ ਹੱਲਾ ਗੁੱਲਾ ਕਰਨਾ ਔਰ ਉੱਥੇ ਵਿਗਨ ਪਾਉਣ ਦੀ ਕੋਸ਼ਿਸ਼ ਕਰਨੀ ਸੋ ਮੈਂ ਇਹੀ ਕਹਿਣਾ ਹੈ ਕਿ ਜੇ ਪੰਜਾਬ ਕਾਂਗਰਸ ਨੂੰ ਵੀ ਮੈਂ ਕਹਿੰਨਾ ਹੈ ਕਿਰਪਾ ਕਰਕੇ ਸਾਨੂੰ ਪੁਆਇੰਟ ਆਫ ਲਾਅ ਤੇ ਜਵਾਬ ਦਿਓ ਇੱਧਰ ਉੱਧਰ ਦੀਆਂ ਗੱਲਾਂ ਨਾ ਕਰੋ ਵਨ ਡਾਟਾ ਹੈ ਇਹ ਹੈ ਉਹ ਹੈ ਪਹਿਲਾਂ ਖੈਰਾ ਸਾਹਿਬ ਕਾਂਗਰਸ ਨੂੰ ਹੀ ਗਾਲਾਂ ਕੱਢ ਕੇ ਉਹਨਾਂ ਨੇ ਕਾਂਗਰਸ ਛੱਡੀ ਸੀ ਔਰ ਕਿੰਨੇ ਸਾਲ ਉਹ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਲਾਉਂਦੇ ਰਹੇ ਐ ਔਰ ਜਦੋਂ ਉਹਨਾਂ ਨੇ ਫਿਰ ਦੁਬਾਰਾ ਜੁਆਇਨ ਕੀਤੀ ਤਾਂ 에ਅਰਪੋਰਟ ਤੇ ਖੜ ਕੇ ਉਹਨਾਂ ਨੇ ਕਾਂਗਰਸ ਦੁਬਾਰਾ ਜੁਆਇਨ ਕੀਤੀ ਮੈਂ ਪੁੱਛਦਾ ਐ ਏਡੀ ਕੀ ਮਜਬੂਰੀ ਸੀ ਜਿਹੜਾ ਉਹਨਾਂ ਦੀ ਪ੍ਰੋਪਰ ਜੁਆਇਨਿੰਗ ਵੀ ਨਹੀਂ ਹੋ ਸਕੀ ਕਿਤੇ ਨਾ ਕਿਤੇ ਇਸੇ ਕੇਸ ਦਾ ਪ੍ਰੈਸ਼ਰ ਸੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ 에ਅਰਪੋਰਟ ਤੇ ਜੁਆਇਨ ਕਰਾਈ ਪਾਰਟੀ ਸੋ ਇਹੋ ਜੀ ਗੱਲ ਨਹੀਂ ਬੜਾ ਸੀਰੀਅਸ ਕੇਸ ਹੈ ਪੰਜਾਬ ਕਾਂਗਰਸ ਨੂੰ ਚੁੰਨਾ ਪੈਣਾ ਹੈ ਕਿ ਅਸੀਂ ਬੇਵਜ੍ਹਾ ਡਿਫੈਂਡ ਕਰਨਾ ਹੈ ਕਿ ਪੰਜਾਬ ਦੇ ਹੱਕ ਚ ਨਿੱਤਰ ਕੇ ਅਸੀਂ ਪ੍ਰੋਪਰ ਉਹਨਾਂ ਦਾ ਸਾਥ ਦੇਣਾ ਪੰਜਾਬ ਦਾ ਬਦਲੇ ਜੀ ਮੇਰਾ ਆਖਰੀ ਸਵਾਲ ਇੱਕ ਕੱਲ ਵੀਡੀਓ ਉਹਨਾਂ ਵੱਲੋਂ ਦਿਖਾਈ ਗਈ ਮੁੱਖ ਮੰਤਰੀ ਭਗਵੰਤ ਮਾਨ ਦੀ ਜਦੋਂ ਐਮਪੀ ਸੀਗੇ ਲੋਕ ਸਭਾ ਦੇ ਵਿੱਚ ਤਦ ਉਹਨਾਂ ਨੇ ਸਮਰਥਨ ਕੀਤਾ ਸੀਗਾ ਸੁਪਾਲ ਸਿੰਘ ਖਹਿਰਾ ਦਾ ਇਸ ਕੇਸ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਉਸ ਵੇਲੇ ਸਹੀ ਸੀਗੇ ਜਾਂ ਹੁਣ ਸਹੀ ਦੇਖੋ ਬੜੀ ਪ੍ਰੀਲਿਮਿਨਰੀ ਬੜੀ ਸ਼ੁਰੂਆਤੀ ਦੌਰ ਦੀ ਗੱਲ ਕਰਦੇ ਨੇ ਔਰ ਉਸ ਦੌਰ ਵਿੱਚ ਇੰਨਾ ਇਨਵੈਸਟੀਗੇਸ਼ਨ ਦੇ ਵਿੱਚ ਅੱਥਾਂ ਦਾ ਨਹੀਂ ਪਤਾ ਸੀ ਉਹ ਐਜ਼ ਅ ਡਿਊਟੀ ਬਾਉਂਡ ਉਹਨਾਂ ਨੇ ਪਹਿਲੀ ਨਜ਼ਰ ਦੇ ਵਿੱਚ ਜਦੋਂ ਕੇਸ ਸ਼ੁਰੂ ਹੀ ਹੋਇਆ ਤੋ ਉਦੋਂ ਸਾਨੂੰ ਇੰਨੇ ਤੱਥਾਂ ਦਾ ਨਹੀਂ ਪਤਾ ਸੀ ਪਰ ਲੇਕਿਨ ਇਹ ਕੇਸ ਬੜਾ ਸੀਰੀਅਸ ਹੈ ਸੋ ਇਸ ਕਰਕੇ ਮਾਨ ਸਾਹਿਬ ਦਾ ਤਾਂ ਅਸੂਲ ਹੀ ਹੈ ਕਿ ਪੰਜਾਬ ਵਰਸਸ ਚਾਹੇ ਕੋਈ ਵੀ ਉਹਨਾਂ ਦੇ ਪਰਿਵਾਰ ਦਾ ਵੀ ਬੰਦਾ ਹੋਵੇ ਉਹਨਾਂ ਨੇ ਪੰਜਾਬ ਦਾ ਹੀ ਸਾਥ ਦੇਣਾ ਹੈ ਤੇ ਇਸੇ ਕੇ ਸਾਡੇ ਨਾਲ ਬੱਬੀ ਬਾਦਲਸ ਸਪੋਕਸਪਰਸਨ ਆਮਾਦੀ ਪਾਤੀ ਤੇ ਜਿਨ੍ਹਾਂ ਨੇ ਕਿਹਾ ਕਿ ਇਸ ਵੇਲੇ ਕਾਂਗਰਸ ਨੂੰ ਆਪਣਾ ਸਟੈਂਡ ਕਲੀਅਰ ਕਰਨਾ ਪੈਣਾ ਹੈ ਕਿ ਆਖਿਰੋ ਕਿਸ ਦੇ ਨਾਲ ਹੈ ਕਿ ਉਹ ਸਰਕਾਰ ਦਾ ਜਿਹੜਾ ਕਾਰਵਾਈ ਕੀਤੀ ਗਈ ਹੈ ਜਿਹੜਾ ਕਿ ਕਾਨੂੰਨ ਦੇ ਰਾਹੀ ਪੂਰਾ ਕੋਈ ਉਲੰਘਣਾ ਨਹੀਂ ਕੀਤੀ ਗਈ ਹੈ ਫੋਲੋ ਕੀਤੇ ਗਏ ਨੇ ਸਾਰੇ ਰੂਲਸ ਉਸ ਦੇ ਨਾਲ ਖੜੇ ਨੇ ਜਾਂ ਇੱਕ ਅਜਿਹੇ ਵਿਅਕਤੀ ਦੇ ਨਾਲ ਖੜੇ ਨੇ ਜਿਹਦਾ ਜਿਹਦੇ ਉੱਤੇ ਇੰਨੇ ਵੱਡੇ ਅਲੀਗੇਸ਼ਨਸ ਲੱਗੇ ਨੇ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਫਿਲਹਾਲ ਕਾਂਗਰਸ ਵੱਲੋਂ ਫਿਲਹਾਲ ਕੀ ਕੁਝ ਅੱਗੇ ਬਿਆਨਬਾਜ਼ੀ ਕੀਤੀ ਜਾਂਦੀ ਹੈ ਕੈਮਰਾ ਪਰਸਨ ਅਮਿਤ ਦੇ ਨਾਲ ਪੂਜਾ ਵਰਮਾ ਸਾਂਝਾ ਟੀਵੀ ਚੰਡੀਗੜ੍ਹ